ਪੰਜਾਬ ਦੀਆਂ 11 ਜ਼ਿਲ੍ਹਿਆਂ ਦੇ ਵਿੱਚ ਮਾਵਾਂ ਦੇ ਨਾਲ 46 ਬੱਚੇ ਵੀ ਸਜ਼ਾ ਕੱਟ ਰਹੇ ਨੇ। ਮਤਲਬ ਬਚਪਨ ਵੀ ਜੇਲ੍ਹ 'ਚ ਸਜ਼ਾ ਭੁਗਤ ਰਿਹਾ। ਮਤਲਬ ਬਚਪਨ ਵੀ ਕੈਦ ਹੋ ਚੁੱਕਾ। ਇਹ ਪੰਜਾਬ ਦੀਆਂ ਜਿਲ੍ਹਿਆਂ ਦੀ ਉਹ ਬਦਸੂਰਤ ਤਸਵੀਰ ਆ। ਹਾਲਾਂਕਿ ਜਿਹੜਾ ਜੁਵੈਨਾਈਲ ਐਕਟ ਕਹਿੰਦਾ ਕਿ ਉਦੋਂ ਅਨਸਾਰ ਛੋਟੇ ਬੱਚਿਆਂ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਲੇਕਿਨ ਪੰਜਾਬ ਦੀਆਂ 11 ਜ਼ਿਲ੍ਹਾ ਦੇ ਵਿੱਚ 46 ਅਜਿਹੀਆਂ ਅਪਾਗੀਆਂ ਮਾਵਾਂ ਨੇ ਉਹਨਾਂ ਦੇ ਅਪਾਹੇ ਬੱਚੇ ਨੇ ਕਿ ਮਾਵਾਂ ਦੇ ਨਾਲ ਉਹਨਾਂ ਨੂੰ ਕੈਦ ਕਟਣੀ ਪੈ ਰਹੀ ਹੈ ਪੰਜਾਬ ਦੀਆਂ 11 ਜ਼ਿਲ੍ਹਾ ਵਿੱਚ 46 ਮਾਸੂਮ ਬੱਚੇ ਵੀ ਆਪਣੀਆਂ ਮਾਵਾਂ ਨਾਲ ਰਹਿ ਰਹੇ ਨੇ ਜੋ ਬਿਨਾਂ ਕੋਈ ਅਪਰਾਧ ਕੀਤੇ ਹੀ ਆਪਣੇ ਬਚਪਨ ਦੇ ਦਿਨ ਜੇਲਾ ਵਿੱਚ ਗੁਜ਼ਾਰ ਰਹੇ ਨੇ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਦੋ ਬੱਚਿਆਂ ਨੇ ਜਿਨ੍ਹਾਂ ਦੀ ਉਮਰ 6 ਸਾਲ ਤੋਂ ਘੱਟ ਆ ਪੁਲਿਸ ਨੇ ਇਹਨਾਂ ਬੱਚਿਆਂ ਦੀ ਮਾਵਾਂ ਨੂੰ ਅਪਰਾਧਿਕ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਸੀ ਬੱਚੇ ਛੋਟੇ ਹੋਣ ਕਰਨਾ ਤੇ ਘਰ ਵਿੱਚ ਕੋਈ ਦੇਖਪਾਲ ਕਰਨ ਵਾਲਾ ਨਾ ਹੋਣ ਕਰਕੇ ਜੇਲ੍ਹ ਗਈਆਂ ਮਾਵਾਂ ਨੂੰ ਆਪਣੇ ਬੱਚੇ ਵੀ ਜੇਲ੍ਹ ਵਿੱਚ ਰੱਖਣੇ ਪੈ ਰਹੇ ਨੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ 5 ਬੱਚੇ ਰਹਿ ਰਹੇ ਨੇ ਲੁਧਿਆਣਾ ਚ ਪੰਜਾਬ ਸਰਕਾਰ ਵੱਲੋਂ ਸਿਰਫ ਔਰਤਾਂ ਲਈ ਬਣਾਈ ਗਈ ਜੇਲ੍ਹ ਵਿੱਚ 8 ਬੱਚਿਆਂ ਕੇਂਦਰੀ ਜੇਲ ਅੰਬਰਸਰ ਵਿੱਚ 8 ਅਜੇਹੇ ਬੱਚਿਆਂ ਦੀ شناخت ਹੋਈ ਹੈ ਜਿਨ੍ਹਾਂ ਦੀ ਉਮਰ 3 ਸਾਲ ਤੋਂ ਲੈ ਕੇ 5 ਸਾਲ ਹੈ ਅਤੇ ਉਹ ਪਿਛਲੇ 1 ਸਾਲ ਤੋਂ ਆਪਣੀਆਂ ਮਾਵਾਂ ਨਾਲ ਹੀ ਜੇਲ੍ਹ ਦੀਆਂ ਬਾਰਕਾਂ ਵਿੱਚ ਜ਼ਿੰਦਗੀ गुजार ਰਹੇ ਹਨ ਕੇਂਦਰੀ ਜੇਲ ਬਠਿੰਡਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਉੱਥੇ ਵੀ 5 ਅਜੇਹੇ ਬੱਚਿਆਂ ਦੀ شناخت ਹੋਈ ਹੈ ਜੋ ਆਪਣੀਆਂ ਮਾਵਾਂ ਦੇ ਨਾਲ ਜੇਲ੍ਹ ਕੱਟ ਰਹੇ ਨੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਜਸਵੰਤ ਜੱਸ ਵੱਲੋਂ ਸੂਚਨਾ ਅਧਿਕਾਰ ਤਹਿਤ ਮੰਗੀ ਗਈ ਜਾਣਕਾਰੀ 'ਚ ਖੁਲਾਸਾ ਹੋਇਆ ਜ਼ਿਲ੍ਹਾ ਵਿਭਾਗ ਦੇ ਏਡੀਜੀਪੀ ਵੱਲੋਂ ਕਰਵਾਈ ਗਈ ਮਹੱਈਆ ਸੂਚਨਾ ਇਹ ਕਹਿੰਦੀ ਆ ਕਿ ਸੰਗਰੂਰ ਜ਼ਿਲ੍ਹੇ ਵਿੱਚ ਵੀ ਚਾਰ ਅਜਿਹੇ ਬੱਚੇ ਨੇ ਜੋ ਆਪਣੀਆਂ ਮਾਵਾਂ ਦੇ ਨਾਲ ਸਜ਼ਾ ਕੱਟ ਰਹੇ ਨੇ ਜਦਕਿ ਉਹਨਾਂ ਦਾ ਕੋਈ ਕਸੂਰ ਨਹੀਂ ਆ ਔਰ ਜੁਵਿਲਾਈਨ ਐਕਟ ਇਹ ਕਹਿੰਦਾ ਹੈ ਕਿ ਬੱਚਿਆਂ ਨੂੰ ਜੇਲ੍ਹ ਦੇ ਵਿੱਚ ਛੋਟੇ ਬੱਚਿਆਂ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਲੇਕਿਨ ਨਾਲ ਇਹ ਵੀ ਜ਼ਿੰਦਗੀ ਦਾ ਦੂਜਾ ਪਾਸਾ ਕਿ ਬੱਚਿਆਂ ਨੂੰ ਮਾਵਾਂ ਤੋਂ ਬਗੈਰ ਘਰ ਦੇ ਵਿੱਚ ਸੰਭਾਲਣ ਵਾਲਾ ਕੋਈ ਨਹੀਂ ਹੈ ਇਸ ਤੋਂ ਇਲਾਵਾ ਕਪੂਰਥਲਾ ਸ਼ਾਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਵੀ ਨਵਾਲਕ ਬੱਚੇ ਆਪਣੀਆਂ ਮਾਵਾਂ ਦੇ ਨਾਲ ਹੀ ਸਜ਼ਾ ਕੱਟ ਰਹੇ ਨੇ ਚਾਹੇ ਮਾਂ ਨੂੰ ਸਜ਼ਾ ਮਿਲੀਆ ਲੇਕਿਨ ਇਹ ਕਹਿ ਸਕਦੇ ਕਿ ਬੱਚਿਆਂ ਨੂੰ ਵੀ ਮਾਵਾਂ ਦੇ ਨਾਲ ਸਜ਼ਾ ਕੱਟਣੀ ਪੈ ਰਹੀ ਆ ਪਿਛਲੇ 18 ਮਹੀਨਿਆਂ ਚ 7 ਬੱਚਿਆਂ ਦੀ ਜੇਲ੍ਹ ਚੋਂ ਰਿਹਾਈ ਵੀ ਹੋਈ ਆ ਉਹਨਾਂ ਕੇ ਅਦਾਲਤ ਨੇ ਉਹਨਾਂ ਦੀਆਂ ਮਾਵਾ ਨੂੰ ਜ਼ਮਾਨਤ ਤੇ ਹਰਿਆਕ ਕਰ ਦਿੱਤਾ ਸੀ ਜੇਲ੍ਹ ਵਿਭਾਗ ਪੰਜਾਬ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਫਰੀਦਕੋਟ ਜੇਲ੍ਹ ਵਿੱਚ ਰੱਖੇ ਗਏ ਬੱਚਿਆਂ ਦੀ ਸਿਹਤ ਬਿਲਕੁਲ ਠੀਕ ਠਾਕ ਆ ਅਤੇ ਉਹਨਾਂ ਨੂੰ ਜੇਲ੍ਹ ਅੰਦਰ ਸਮਾਜਿਕ ਮਾਹੌਲ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਡਵੋਕੇਟ ਆਸ਼ੂਕਮਰ ਮਿੱਤਲ ਨੇ ਦੱਸਿਆ ਕਿ ਜੁਵਨਾਈਲ ਜਿਹੜਾ ਜਸਟਿਸ ਐਕਟ ਆ ਉਹਦੇ ਤਹਿਤ 18 ਸਾਲ ਤੋਂ ਘੱਟ ਕਿਸੇ ਵੀ ਬੱਚੇ ਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਜਿਹੜੇ ਜੁਵਨਾਈਲ ਐਕਟ ਦੇ ਵਿੱਚ ਇਹ ਆ ਕਿ ਜਿੱਦਾਂ ਜਿਹੜੇ ਨਬਾਲਕ ਬੱਚੇ ਜੇ ਕ੍ਰਾਈਮ ਵੀ ਕਰਦੇ ਉਹਨਾਂ ਵਾਸਤੇ ਵੱਖਰੀਆਂ ਜੇਲ੍ਹਾਂ ਨੇ ਪਰ ਜਿਹੜੇ ਬਿਲਕੁਲ ਹੀ ਬੱਚੇ ਛੋਟੇ ਨੇ ਕਿਸੇ ਦੇ 3 ਸਾਲ 2 ਸਾਲ 5 ਸਾਲ ਉਮਰ ਉਹਨਾਂ ਨੂੰ ਜਿਹੀਆਂ ਮੇਨ ਜੇਲਾ ਵਿੱਚ ਰੱਖਣਾ ਇਹ ਆਪਣੇ ਆਪ ਚ ਇੱਕ ਜੁਰਮ ਵੀ ਕਹਿ ਸਕਦੇ ਆ ਕਾਨੂੰਨ ਦੀ ਉਲੰਘਣਾ ਵੀ ਕਹਿ ਸਕਦੇ ਪਰ ਜ਼ਿੰਦਗੀ ਦਾ ਦੂਜਾ ਪਾਸਾ ਕਿ ਘਰ ਦੇ ਵਿੱਚ ਛੋਟੇ ਬੱਚਿਆਂ ਦੀ ਮਾਂ ਤੋਂ ਬਗੈਰ ਕੋਈ ਸੇਵਾ ਸੰਭਾਲ ਕਰਨ ਵਾਲਾ ਕੋਈ ਨਹੀਂ ਆ ਇਹਨਾਂ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਅਬਜ਼ਰਵੇਸ਼ਨ ਹੋਮ ਬਣਾਉਣੇ ਲਾਜ਼ਮੀ ਹਨ ਫਰੀਦਕੋਟ ਵਿੱਚ ਹੀ ਨਵਾਲਕ ਅਤੇ ਛੋਟੇ ਬੱਚਿਆਂ ਲਈ ਅਬਜ਼ਰਵੇਸ਼ਨ ਹੋਮ ਸਥਾਪਿਤ ਕੀਤਾ ਗਿਆ ਹੈ ਬਾਹਰ ਐਸੋਸੀਏਸ਼ਨ ਦੇ ਜਿਹੜੇ ਫਰੀਦਕੋਟ ਤੋਂ ਮੈਂਬਰ ਨੇ ਗੁਰਤਾਜ ਸਿੰਧੂ ਕਹਿੰਦੇ ਕਿ ਭਾਰਤੀ ਕਾਨੂੰਨ ਤਹਿਤ 7 ਸਾਲ ਤੋਂ ਘੱਟ ਉਮਰ ਦੇ ਬੱਚੇ ਖਿਲਾਫ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੋ ਸਕਦਾ ਇਸ ਲਈ ਜ਼ਿਲ੍ਹਾ ਵਿੱਚ ਆਪਣੀਆਂ ਮਾਵਾਂ ਨਾਲ ਰਹਿ ਰਹੇ 40 ਬੱਚਿਆਂ ਦੀ ਸਾਂਭ ਸੰਭਾਲ ਲਈ ਹੋਰ ਲੜੀਂਦੇ ਪ੍ਰਬੰਧ ਹੋਣੇ ਚਾਹੀਦੇ ਨੇ ਕਿਉਂਕਿ ਜੇਲ੍ਹ ਵਿੱਚ ਪਲਣ ਵਾਲੇ ਬੱਚੇ ਇੱਕ ਤਰ੍ਹਾਂ ਸਮਾਜ ਨਾਲੋਂ ਨਾਤਾ ਟੁੱਟ ਜਾਂਦਾ ਉਹ ਕੱਟ ਜਾਂਦੇ ਨੇ ਸਮਾਜ ਨਾਲੋਂ ਲੇਕਿਨ ਇਹ ਪੰਜਾਬ ਦੀ ਉਹ ਤਸਵੀਰ ਬਦਸੂਰਤ ਤਸਵੀਰ ਕਹਿ ਸਕਦੇ ਕਿ ਮਾਵਾ ਸ਼ਾਇਦ ਵਕ-ਵਕ ਜੁਰਮਾਂ ਦੀ ਸਜ਼ਾ ਕੱਟ ਰਹੀਆਂ ਹੋਣ ਪਰ ਉਹਨਾਂ ਨੂੰ ਨਾਲ ਆਪਣੇ ਜਿਹੜੇ ਦਿਲ ਦੇ ਟੁਕੜੇ ਨੇ ਉਹ ਜੇਲ੍ਹ ਵਿੱਚ ਰੱਖਣੇ ਪੈ ਰਹੇ ਨੇ ਕਿ ਬੱਚਿਆਂ ਦੀ ਬਹੁਤ ਛੋਟੀ ਉਮਰ ਆ ਇਸ ਮਸਲੇ 'ਤੇ ਜਫਰੀਦਕੋੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਕਹਿੰਦੇ ਨੇ ਕਿ ਇਹ ਮਾਮਲਾ ਤੁਰੰਤ ਜੇਲ੍ਹ ਵਿਭਾਗ ਅਤੇ ਗ੍ਰਹਿ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਮਾਵਾਂ ਨਾਲ ਛੋਟੇ ਬੱਚਿਆਂ ਨੂੰ ਜੇਲ੍ਹ ਵਿੱਚ ਰੱਖਣ ਦੀ ਜਿਹੜੀ ਵਿਧੀ ਆ ਉਹਦੇ 'ਚ ਕੋਈ ਸੋਧ ਕੀਤੀ ਜਾਵੇ। ਉਹਨਾਂ ਕਿਹਾ ਕਿ ਛੋਟੇ 7 ਸਾਲ ਤੋਂ ਛੋਟੀ ਉਮਰ ਵਾਲੇ ਬੱਚਿਆਂ ਨੂੰ ਵੱਡੇ ਅਪਰਾਧੀਆਂ ਨਾਲ ਜੇਲ੍ਹ ਵਿੱਚ ਰੱਖਣਾ ਬੇਹਦ ਚਿੰਤਾ ਦਾ ਵਿਸ਼ਾ ਹੈ। ਤੇ ਸਰਕਾਰ ਨੂੰ ਜਲਦ ਇਸ ਦੇ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਨੇ ਹੁਣ ਇਹ ਤਸਵੀਰ ਆ ਔਰ ਇਸ ਮਸਲੇ ਤੇ ਸਰਕਾਰ ਨੂੰ ਖਾਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਛੋਟੇ ਬੱਚਿਆਂ ਦੇ ਅਧਿਕਾਰਾਂ ਨੂੰ ਲੈ ਕੇ ਇੱਕ ਜਿਹੜਾ ਕਮਿਸ਼ਨ ਆ ਬਾਲ ਅਧਿਕਾਰ ਕਮਿਸ਼ਨ ਉਹਨੂੰ ਵੀ ਨੋਟਿਸ ਲੈਣਾ ਚਾਹੀਦਾਗਾ ਕਿ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਕੀ ਦਿਸ਼ਾ ਨਿਰਦੇਸ਼ ਦਿੱਤੇ ਜਾ ਸਕਦੇ ਨੇ ਕਿ ਜੇ ਮਾਵਾ ਕਸੂਰਵਾਰ ਨੇ ਤੇ ਫਿਰ ਉਹਨਾਂ ਦੇ ਬੱਚੇ ਕਸੂਰवार ਨਹੀਂ ਹੋ ਪਰ ਉਹ ਆਪਣੀਆਂ ਮਾਵਾਂ ਦੇ ਨਾਲ ਸਜ਼ਾ ਕੱਟ ਰਹੇ ਨੇ ਇਹ ਕਸੂਰ ਉਹਨਾਂ ਦਾ ਕਿਵੇਂ ਬੇਕਸੂਰਾਂ ਦਾ ਕਸੂਰ ਬਣ ਗਿਆ ਹੈਗਾ ਅਜਿਹੀ ਸਥਿਤੀ ਦੇ ਵਿੱਚ ਸਰਕਾਰ ਨੂੰ ਲੀਡਿੰਗ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਇਸ ਮਸਲੇ ਦੇ ਵਿੱਚ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਾਂ ਜਿਹੜਾ ਬਾਲ ਅਧਿਕਾਰ ਕਮਿਸ਼ਨ ਆ ਉਹਨੂੰ ਨੋਟਿਸ ਲੈਣਾ ਚਾਹੀਦਾ ਹੈਗਾ ਕਿ ਮਾਵਾਂ ਦਾ ਮੰਨਿਆ ਕਸੂਰ ਹੋ ਸਕਦਾ ਲੇਕਿਨ ਉਹਨਾਂ ਦੇ ਦਿਲ ਦੇ ਟੁਕੜਿਆਂ ਦਾ ਕੀ ਕਸੂਰ ਹੋ ਸਕਦਾ ਜਿਹੜੇ ਆਪਣੇ ਮਾਵਾਂ ਦੇ ਨਾਲ ਜ਼ਿਲ੍ਹਾ ਦੇ ਵਿੱਚ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੋ ਰਹੇ ਨੇ ਦੇਖਦਾ ਕਿ ਇਸ ਮਸਲੇ ਦੇ ਵਿੱਚ ਸਰਕਾਰ ਕੀ ਕੁਝ ਲੜਿੰਦੇ ਪ੍ਰਬੰਧ ਕਰਦੀ ਆ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਏਬੀਸੀ ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ